वजन पंजाब टीवी देख रहे सारे दर्शकों करमवीर सिंह वालों प्यार भरी सत श्री अकाल लैके हाजिर हाँ जी प्रोग्राम साहित्य दे संग ते अज मैं होया शहर सरहंद जिथे असी तुहाडी मुलाकात उस लेखक साहित्यकार नाल करवाउणी है जिन्हां दी लिखतां काफ़ी खोजी फिरती वालियां ने पंजाब दे इतिहास दे उत्ते शहरां दे इतिहास सिख कौम दे इतिहास उत्ते उन्होंने काफ़ी ज़्यादा लिखिया ते नाल दी नाल हुण तक उन्हां दीआं 12 किताबां आ चुकियां ने जिस दे विच हर तरह दीआं विधावां ने भावें उह वार्थक होवे भावें उह काव्य रूप होवे। सो गलबात करांगे बाबू सिंह चौहान जी नाल। बाबू सिंह जी प्यार भरी सत श्री अकाल ते स्वागत करदे प्रोग्राम दे विच। ते जिवें गल कर हुण तक तुसीं 12 दे करीब किताबां लिख चुके हो ते उहदे विच जिहड़ा तुहाडा काम है ज़्यादा उह खोजी वृत्ती वाला रहा। जी हाँ, पंजाब की गल करिए तो बहुत इतिहास है जिहड़ा उह सिख कौम नाल ही जुड़िया होया। पंजाब दे इतिहास नूं जे आपां सिख कौम दा इतिहास कह लईए तो कोई बहुती अतकथनी नहीं होवेगी। ठीक है, सो जे आपां इन 12 किताबां की गल करिए ਤਾਂ ਲਿਖਣ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਇੱਕ ਉਹ ਅੰਦਰ ਹੁੰਦਾ ਵੀ ਕੋਈ ਗਜ਼ਲ ਤੋਂ ਸ਼ੁਰੂ ਕਰਦਾ ਕਾਵਿ ਰੂਪ ਤੋਂ ਲਿਖਣਾ ਸ਼ੁਰੂ ਕਰਦੇ ਨੇ ਕਿਉਂਕਿ ਜਵਾਨੀ 'ਚ ਜਦੋਂ ਵਲਵਲੇ ਉੱਠਦੇ ਨੇ ਤਾਂ ਹਰ ਇਨਸਾਨ ਨੂੰ ਹੁੰਦਾ ਵੀ ਉਹਨਾਂ ਨੂੰ ਕਿਵੇਂ ਸ਼ਬਦਾਂ 'ਚ ਪਰੋਇਆ ਜਾਵੇ। ਜਿਹੜਾ ਸਹੀ ਅਰਥਾਂ ਵਿੱਚ ਆਪਣੇ ਸ਼ਬਦਾਂ ਨੂੰ ਆਪਣੇ ਜਜ਼ਬਾਤਾਂ ਨੂੰ ਉਲੀਕ ਲੈਂਦਾ ਤਾਂ ਆਉਣ ਵਾਲੇ ਵਕਤ ਦੇ ਵਿੱਚ ਉਹ ਵਧੀਆ ਸਾਹਿਤਕਾਰ ਲੇਖਕ ਬਣ ਜਾਂਦਾ। ਫਿਰ ਹੁੰਦਾ ਆਪਾਂ ਨੇ ਉਹ ਜਿਹੜੀਆਂ ਵਿਧਾ ਚੁਣਨੀ ਆ ਵਿਸ਼ਾ ਚੁਣਨੀ ਆ ਫਿਰ ਤੁਹਾਡੇ ਸੁਭਾਅ ਦੇ ਅਨੁਸਾਰ ਹੀ ਤੁਹਾਡੇ ਵਿਸ਼ੇ ਹੋ ਜਾਂਦੇ ਨੇ। ਸੋ ਗੱਲਬਾਤ ਵੀ ਕਰਾਂਗੇ ਤੁਹਾਡੀਆਂ ਕਿਤਾਬਾਂ ਦੇ ਬਾਰੇ। ਫਿਲਹਾਲ ਸ਼ੁਰੂਆਤੀ ਮੇਰਾ ਸਵਾਲ ਹੈ ਵੀ ਜਿਹੜੀ ਲਿਖਣ ਦੀ ਕਲਾ ਇਹਦੇ ਵੱਲ ਤੁਹਾਡਾ ਕਦੋਂ ਕੌਣਾ ਹੋਇਆ ਅਤੇ ਆਪਣੇ ਬਾਰੇ ਵੀ ਥੋੜ੍ਹੀ ਜਿਹੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸੰਖੇਪ ਰੂਪ ਵਿੱਚ ਸਾਂਝੀ ਕਰੋ। ਅਸਲ ਵਿੱਚ ਸਾਹਿਤਕ ਰੁਚੀਆਂ ਵਾਲਾ ਹੋਣ ਕਰਕੇ ਜੀ ਜਦੋਂ ਮੈਂ ਇਮਤਿਹਾਨ ਦੇ ਵਿੱਚ ਵੀ ਕੁਛ ਲਿਖਦਾ ਸੀ ਤਾਂ ਉਹਦੇ ਵਿੱਚ ਉਹਦਾ ਜਿਹੜਾ ਅੰਦਰਲਾ ਭਾਵ ਹੁੰਦਾ ਸੀ ਜੀ ਉਹਨਾਂ ਨੂੰ ਮੈਂ ਇਸ ਤਰ੍ਹਾਂ ਉਜਾਗਰ ਕਰਦਾ ਸੀ ਵੀ ਜਿਹੜਾ ਇਗਜ਼ਾਮੀਨਰ ਹੈ ਉਹ ਸੋਚਦਾ ਸੀ ਵੀ ਬੰਦਾ ਸਾਹਿਤਕ ਰੁਚੀਆਂ ਵਾਲਾ ਹੈਗਾ। ਜਿਵੇਂ 10ਵੀਂ ਦੇ ਵਿੱਚ ਇੱਕ ਵਾਰੀ ਸਵਾਲ ਆਇਆ ਵੀ ਅਸ਼ੋਕ ਨੇ ਬੁੱਧ ਧਰਮ ਕਿਉਂ ਤਿਆਰ ਕੀਤਾ ਅਤੇ ਫਿਰ ਮੈਂ ਉਹਦੀ ਗੱਲ ਕੀਤੀ ਵੀ ਜਦੋਂ ਉਹਨੇ ਦੇਖਿਆ ਵੀ ਲੱਖਾਂ ਲੋਕਾਂ ਦਾ ਇਹ ਜੰਗ ਦੇ ਵਿੱਚ ਉਹ ਪੇੜ ਚੜ੍ਹ ਗਏ ਉਹਨਾਂ ਸੁਹਾਗਣਾਂ ਦੇ ਸਦੂਰ ਮਿਟ ਗਏ ਉਹਨਾਂ ਦੇ ਬੱਚੇ ਨੇ ਜਿਹੜੀ ਉਹ ਵਰਲਾਉਂਦੇ ਨੇ ਕੂਕਦੇ ਨੇ ਅਤੇ ਉਹਨਾਂ ਦੇ ਪਤੀ ਨਾ ਰਹੇ ਅਤੇ ਜਦੋਂ ਇਹਨਾਂ ਲੋਕਾਂ ਦਾ ਵਿਰਲਾਪ ਸੁਣਿਆ ਅਸ਼ੋਕ ਨੇ ਤਾਂ ਫਿਰ ਬੁੱਧ ਧਰਮ ਅਖਤਿਆਰ ਕਰ ਲਿਆ। ਤੋ ਇਸ ਕਰਕੇ ਜਦੋਂ ਪਰਚਾ ਦੇਖਿਆ ਮੇਰੇ ਮਾਸਟਰ ਨੇ ਤਾਂ ਉਹ ਮੈਨੂੰ ਉਹਨੇ ਪਰਚੇ ਜਦੋਂ ਦੇ ਰਿਹਾ ਸੀ ਨਵਾਹੀ ਇਮਤਿਹਾਨ ਦੇ ਤਾਂ ਉਹ ਕਹਿੰਦਾ ਵੀ ਇਹ ਇੱਕ ਉਹ ਸਵਾਲ ਹੈ ਜਿਹਦੇ ਵਿੱਚ ਮੈਂ ਇੱਕ ਨੰਬਰ ਵੀ ਨਹੀਂ ਕੱਢ ਸਕਦਾ ਵੀ ਤੇਰੀ ਲੇਖਣੀ ਐਡੀ ਵਧੀਆ ਹੈ। ਬਾਅਦ 'ਚੋਂ ਸਾਡਾ ਪ੍ਰਿੰਸੀਪਲ ਵੀ ਆ ਅਤੇ ਉਹਦੀ ਭੁਗਦੇ ਉੱਤੇ ਮੈਂ ਬੋਲਦਿਆਂ ਵੀ ਕਿਹਾ ਵੀ ਮੇਰੀ 1959 ਦੀ ਇਸ ਪ੍ਰਿੰਸੀਪਲ ਸੁਰਜੀਤ ਸਿੰਘ ਨਾਲ ਜਾਰੀ ਹੈ ਜਦੋਂ ਇਹਨੇ ਮੈਨੂੰ ਲਿਖਣ ਦਾ ਚਸਕਾ ਪਾਇਆ ਮੇਰੇ ਇਸ ਪ੍ਰਸ਼ਨ ਦੇ ਉੱਤੇ ਹੀ ਉਹਨੂੰ ਮੈਨੂੰ ਇੰਨਾ ਉਤਸ਼ਾਹਿਤ ਕੀਤਾ ਅਤੇ ਮੈਂ ਵਾਰਤਕ ਵੱਲ ਮੁੜ ਗਿਆ। ਇਸ ਕਰਕੇ ਜਦੋਂ ਵੀ ਮੈਂ ਇਮਤਿਹਾਨ 'ਚ ਬਹਿੰਦਾ ਤਾਂ ਮੇਰੀ ਕੋਈ ਰਚਨਾ ਪੜ੍ਹਨ ਵੇਲੇ ਹਰੇਕ ਬੰਦੇ ਨੂੰ ਟੁੰਬਦੀ ਸੀ। ਤੋ ਇਹੀ ਗੱਲ ਹੈ ਵੀ ਹੁਣ ਵੀ ਜਦੋਂ ਮੈਂ ਕੁਝ ਲਿਖਣ ਬਹਿਣਾ ਤਾਂ ਮੈਂ ਸਮਝਦਾ ਹਾਂ ਵੀ ਉਹ ਆਕਾਸ਼ ਛੋਂ ਜਿਵੇਂ ਕੁਝ ਉਤਰਦਾ ਹੈ ਵੀ ਉੱਠ ਸਵੇਰੇ ਤੜਕੇ ਤੜਕੇ ਸੈਰ ਕਰਦੇ ਹਾਂ ਸੜਕੇ ਸਮੇਂ ਦੀ ਵੇਦਨ ਲਿਖਦਾ ਹਾਂ ਉੱਡਦੇ ਸ਼ਬਦ ਹਵਾ 'ਚ ਪੜ੍ਹ ਕੇ। ਸੋ ਇਹੋ ਜਿਹੀਆਂ ਰਚਨਾਵਾਂ ਮੇਰੇ ਗੀਤਾਂ ਦੇ ਵਿੱਚ ਨੇ ਮੇਰੀਆਂ ਗਜ਼ਲਾਂ ਵਿੱਚ ਹਨ ਲੰਬੀਆਂ ਕਵਿਤਾਵਾਂ ਵਿੱਚ ਹਨ ਅਤੇ ਰੁਦਨ ਅਤੇ ਪਿਆਰ ਮੇਰੇ ਦੋ ਮਨ ਭਾਉਂਦੇ ਵਿਸ਼ੇ ਨੇ। ਰੁਦਨ ਇੱਕ ਕਰਨਾ ਦਾ ਹੈ, ਪਿਆਰ ਜਿਹੜਾ ਹੈਗਾ ਮਨੁੱਖੀ ਜਜ਼ਬਿਆਂ ਦਾ ਪ੍ਰਤੀਕ ਹੈ ਜੀ। ਇਸ ਲਈ ਮੇਰੀ ਕਲਮ ਹਰ ਵਿਸ਼ੇ ਦੇ ਉੱਤੇ ਇੱਕੋ ਜਿਹਾ ਰੰਗ ਹੈ, ਚਾਹੇ ਮੈਂ ਕੁਛ ਵੀ ਲਿਖਾਂ ਉਹਦੇ ਵਿੱਚ ਪਿਆਰ ਦਾ ਜ਼ਰਬਾ ਪ੍ਰਬਲ ਹੁੰਦਾ ਜੀ। ਅਤੇ ਜੇ ਕਰਨਾ ਦੀ ਗੱਲ ਹੈ, ਬਿਰਹਾ ਦੀ ਹੂਕ ਹੈ ਤਾਂ ਉਹ ਵੀ ਕੋਇਲ ਦੀ ਹੂਕ ਵਾਂਗ ਲੋਕਾਂ ਨੂੰ ਟੁੰਬਦੀ ਹੈ। ਮੇਰੇ ਸ਼ਬਦਾਂ ਦਾ ਜਾਦੂ ਹੈ। ਕੋਈ ਇਹ ਜਿਨ੍ਹਾਂ ਨੇ ਮੇਰੀ ਰਚਨਾਵਾਂ ਪੜ੍ਹੀਆਂ ਨੇ ਅਤੇ ਉਹਨਾਂ ਨੂੰ ਹੁਣ ਵੀ ਜਵਾਨੀ ਯਾਦ ਨੇ। ਰਚਨਾ ਉਹੀ ਸਫਲ ਹੁੰਦੀ ਹੈ ਜਦੋਂ ਕਿਸੇ ਪਾਠਕ ਨੂੰ ਵੀ ਜਵਾਨੀ ਯਾਦ ਹੋਵੇ। ਤੋ ਇਸ ਕਰਕੇ ਮੈਂ ਕਹਿਣਾ ਮੇਰੀ ਲਿਖਣ ਦੀ ਪ੍ਰਕਿਰਿਆ ਹੈ ਉਹਦੇ ਵਿੱਚ ਜਾਦੂ ਵਰਗਾ ਅਸਰ ਹੈ। ਮੈਂ ਨਹੀਂ ਕਹਿੰਦਾ, ਲੋਕ ਕਹਿੰਦੇ ਨੇ। ਸਹੀ ਗੱਲ ਹੈ, ਜਦੋਂ ਆਪਣੀ ਆਪ ਹੀ ਉਹਦਾ ਜਿਹੜਾ ਅਨੁਭਵ ਹੋਣ ਲੱਗ ਜਾਂਦਾ
सिफत जो लोग करते हैं तो अपने आप नू माण भी होंगे चंगा भी लगता है क्योंकि अपने मूँह अपनी विडाई तो देखो कौन करता है कि करते हैं पर जो तक स्रोता पढ़ने वाला थोड़ी वाह वाह नहीं करता उदों तक स्वाद नहीं आता। ठीक ठीक जिवें तुसीं जिक्र कीता भी जो तुसीं शुरुआती तौर इम्तिहान देंदे सी ना तो उदों तो ही तुहानूं लगदा सोचनी सी इहो जिहा कुछ लिखिए जिहड़ा सामने वाले नूं पढ़न लगे नूं वी एक तरीके नाल डंगे। पर एक हुंदा इम्तिहानां दे विच स्कूलां दे विच तां सिर्फ नंबर लैणे सिखाए जांदे ने, इह चीज़ां घट सिखाईआं जांदियां ने। पर जिवें कह दिए हीरे दी परख तां फिर कह दिए जौहरी नूं हुंदी है, इह उही शुरुआत हुंदी वी कदों तुसीं उह उम्र दे विच बच्चे नूं जां तुहाडीआं रचनावां नूं किस रूप च ढालना, भावें कह दिए एक म्यार मिट्टी तो मूर्ति बना दे भावें घड़ा बना दे नहीं उन्होंने पत्थ के सैड से सीट दे तो कुछ नहीं हो सकता। तो जेकर शुरुआती तौर की गल करिए पहली थोड़ी किताब है जी रचना वह कदों तुसी लिखी? वह जो पहला रचना जी है मेरी पहली किताब की पहली ही रचना धौले है धौले। तो गल कुछ इस तरह हुई, मैं स्कूलों पढ़ा के आ रहा, मेरा बच्चा कैरियर के उत्ते बैठा सी, वो चौथी जमात का विद्यार्थी, मैं मिडल स्कूल पढ़ाता सी पंजाबी का अध्यापक, तो आके उन्हें नहर के किनारे लोग जड़े है ना बच्चे उन्होंने मझा टोबे छड़िया नहर छड़िया हुई ने वो लड़ाते हैं, एक मुंडा नहर वो निकल के कहना सड़क पर खड़ गया, वो कहना बापू की टाइम हो गया, तो मैं कहा भी रोटी खाने का वेला हो गया। तो जदों मेरा मुंडा घर आया तो उन्हें अपनी माँ को कहा भी बीबी अज पापे नू एक मुंडे ने बाबा कहता, तो बस यही गल सी भी मैं धौले कविता लिखण रह गया है। तो वह कविता जिहड़ी है वह इन्नी मशहूर हुई, मैनू हर महफल दे विच हर कवि दरबार दे विच मेरे कोलों सुनदी है। फिर साडे नाल भी हो जाऊगा जी उहदी पुछ शायर, आया पेश हादसा मेरे होवन लगे काले चिट्टे, वेख लवे ना दूजा कोई शीशा फटके भाले चिट्टे, ये आंदे गए चोरी चोरी मैं चुप चाप संभाले चिट्टे, ओड़क जित गए बाजी कई साल मैं टाले चिट्टे, ये चिट्टे फुलां दा मौसम आंदा भागां वाले उत्ते, सारे फुल बहार च खिड़दे पर ये खड़दे पत्त चढ़ रसे उत्ते, इन्हां फुलां तों बलिहारी फुलां वर्गे नाजक सुसे रब रुसदा है ओदी मर्जी ऐ पर मेरा यार ना रुस जी, आओ सजना तेरे मस्तक अंबी दा अंबर दा चंद बिंदी लावा, तेरा वाल विंगा ना होवे तेरी आई मैं मर जावा, मैं तोड़ा आसमानो तारे तेरे कन्नी पावा बुंदे यारा तेरे नूरी मुखदे हर महफिल विच चर्चे होंदे। सही गल है, ये तो कवि की वेदना संवेदना ही होंगी है जी तो लिखा लेंदी है, क्योंकि देखो किसी ने तुहानू कहा कि भी देखो बाबा जांदा तो एक तो हुण गुस्सा भी कई गुस्सा कर जाएंगे, तो जिहड़े शायर ने उन्हें तो कविता लिखती जी। हाँ जी, तो जिवें आप गल कर रहे कि एक जिम्मे दस्या सी आपां भी अध्यापक के तौर पर तुसीं जिहड़े रिटायर होए हो, तो उस समय दे विच एक तो देखो अध्यापक होंदे ने जिन्हां दा काम हुंदा सिर्फ विद्यार्थियों नूं पढ़ाउणा ते नंबर दिवाउणे सिलेबस वाला सिलेबस पूरा करवाउणा, पर कुछ मन हुंदे ने खोजी फिरती वाले। ठीक ठीक ठीक, उन्होंने बाकियों नूं भी लाउणा हुंदा, सो ये सफ़र तुहाडा किवें दा सी? असल विच मैं जिथे जिहड़े भी स्कूल च गया, मैं हाई स्कूल च जदों आया उस वेले मेरे अध्यापक जिहड़ा मुख सी उही अध्यापक सी जिन्हें मैनूं लिखण लई प्रेरणा दित्ती सी, ते उस वेले स्कूल की सह सभा दे विच मॉर्निंग दे विच किसी भी दा शहीदी पुरब होवे कोई किसी का आगमन दिहाड़ा होवे ते मैनू बोलण लई कहा जांदा सी, तां मैं स्कूल दे मुखी वांग उह अपना लैक्चर तैयार करके लिआउंदा सी। ते इस तों बाद दूसरी गल है मैं सहित समाजिक सभ्याचार का एक इंचार्ज सी, बच्चों नूं विद्यक टूरों पर लैके जाना जी, तो उहदे करके मैं पंजाब पद्धर दे भी गांधी दे उत्ते एक सी जिहड़े हन छोटे प्रश्न है तो उहनां दा जवाब, तो उस दिन मैं दो बच्चे ग्यारहवीं दे चुने, मैं उहनां नूं पढ़ाया, वह पंजाब चो फस्ट आए, के पी उस वेले पंजाब दा एजुकेशन मिनिस्टर सी जी, जलंधर देश भगत हाल दे विच उहनां नूं इनाम मिलिया। सो मेरा एक नहीं मेरे जिहड़े गीत ने बच्चियां ने गाए
जिमें एक गीत से जिदे तीन बारी एक बेटी नू, लड़की नू इनाम मिलिया भाषा विभाग वालों पंजाब स्कूल सिक्ख्या बोर्ड वालों ते उह जिहड़ा सी कुखां परखण वाले लोको कुड़ियां कित्थों आउणगियां की धरती दे मुंडियां दे नाल परियां वाया करवाउणगियां तो धन जायदाद पुत्तां वंड लैणे धियां दर्द वंडाउणगियां जायदाद पुत्तां वंड धियां दर्द वंडाउंदियां सो ये गीत दे विचों लख हजारां सैकड़े गीत लोकां ने मतलब इन्हां दीआं सतरां दे भाव अर्थ नूं लैके गीत लिखे जिहदे बारे इस गीत नूं गाउण वाले ने खन्ने दा एक बंदा हैगा उहने मेरी एक समागम दे विच कहा सी वी चौहान दा जिहड़ा इह गीत है ना वी इहदी नकल इन्नी होई है इहदे एक गीत दे स्टेंजे दे उत्ते इहदे एक गीत दे सतर दे उत्ते एक एक सतर दे उत्ते लोकां ने गीत गा के इनाम खट ले ਉਹ ਕੈਸਟਾਂ ਕੱਢ ਲਈਆਂ ਜਿਵੇਂ ਆ ਵੀ ਧਨ ਜਾਇਦਾਦ ਪੁੱਤਾਂ ਵੰਡ ਲੈਣੇ ਧੀਆਂ ਦਰਦ ਵੰਡਾਉਣਗੀਆਂ ਉਹ ਇੱਕ ਗੀਤ ਦਾ ਮੁਖੜਾ ਹੀ ਬਣਾ ਲਿਆ ਔਰ ਉਹ ਚੱਲਿਆ ਅਤੇ ਮੇਰੇ ਕੰਨ ਹੱਸਦੇ ਨੇ ਵੀ ਉਹ ਮੇਰੀਆਂ ਉਹ ਲਿਖਤਾਂ ਨੂੰ ਕਿਵੇਂ ਆਪਣੇ ਨਾਂ ਕਰ ਲੈਂਦੇ ਆ ਇਹ ਤਾਂ ਹੈ ਜੀ ਜੀ ਹਾਂ ਅਤੇ ਆਪਣੇ ਬਾਬੂ ਸਿੰਘ ਜੀ ਕਿਤਾਬਾਂ ਦੀ ਆਪਾਂ ਜ਼ਿਕਰ ਕਰ ਲੈਂਦੇ ਹਾਂ ਅਤੇ ਜਿਵੇਂ ਤੁਸੀਂ ਦੱਸਿਆ ਵੀ ਜਿਹੜੀ ਪਹਿਲੀ ਕਿਤਾਬ ਸੀ ਤੁਹਾਡੀ ਸ਼ਹੀਦੇ ਮੈਂਡੇ ਦੇ ਉੱਤੇ ਤੁਸੀਂ ਲਿਖੀ ਹੋਈ ਸੀ ਆ ਕਿਤਾਬ ਆਪਣੇ ਕੋਲ ਜੀ ਜੀ ਅਤੇ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਇਹਦੇ ਵਿੱਚ ਤੁਸੀਂ ਕੀ ਜਿਹੜੀ ਹੈ ਵਿਧਾਵਾਂ ਲਿਖੀਆਂ ਨੇ ਕੀ ਇਹਦਾ ਵਿਸ਼ਾ ਲਿਆ ਗਿਆ ਅਤੇ ਇਹ ਕਦੋਂ ਲਿਖੀ ਸੀ ਇਹ ਜੋ ਕਿਉਂਕਿ ਮੇਰੇ ਮਨ ਦੇ ਵਿੱਚ ਸੀ ਵੀ ਮੈਂ ਇੱਥੇ ਸ਼ਹੀਦੀ ਜੋੜ ਮੇਲੇ ਦੇ ਉੱਤੇ ਜੀ ਸਟੇਟ ਸੈਕਟਰੀ ਜਿਹੜਾ ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ ਵੱਲੋਂ ਹੁੰਦਾ ਹਰ ਸਾਲ ਪਹਿਲੇ ਦਿਨ ਅਤੇ ਮੈਂ ਉਹਦਾ ਸਟੇਟ ਸਕੱਤਰ ਹੁੰਦਾ ਸੀ ਅਤੇ ਇਸ ਕਰਕੇ ਮੈਂ ਸਿੱਖ ਧਰਮ ਨਾਲ ਬਹੁਤਾ ਜੁੜਿਆ ਹੋਇਆ ਸੀ ਇੱਕ ਰਾਤ ਦਾ ਪਤਾ ਨਹੀਂ ਸੀ ਲੱਗਦਾ ਬਈ ਮਾਤਾ ਗੁਜਰੀ ਅਤੇ ਸਾਹਿਬਜ਼ਾਦੇ ਕਿੱਥੇ ਰਹੇ ਤਾਂ ਇੱਕ ਜਲੰਧਰ ਜ਼ਿਲ੍ਹੇ ਦਾ ਬੰਦਾ ਇੱਕ ਖੋਜੀ ਸੀ ਉਹ ਮੇਰੇ ਕੋਲੋਂ ਦੀਵਾਨ ਟੋਡਰਮੱਲ ਦੀ ਕਿਤਾਬ ਲੈਣ ਆਇਆ ਉਹਨੇ ਮੈਨੂੰ ਆ ਕੇ ਦੱਸਿਆ ਵੀ ਮੈਂ ਖੋਜ ਕੀਤੀ ਹੈ ਵੀ ਇਹ ਜਿਹੜੀ ਇੱਕ ਰਾਤ ਕੱਟੀ ਹੈ ਉਹ ਕਾਈਨੌਰ ਹੈ ਉਹ ਕਾਈਨੌਰ ਬਾਰੇ ਫਿਰ ਮੈਂ ਉਹਦੀ ਕਿਤਾਬ ਵੀ ਹੈ ਬੋਧੀਆਂ ਰਾਤਾਂ ਅਤੇ ਉਹਨੇ ਉਹ ਖੋਜ ਲਿਖੀ ਅਤੇ ਮੈਂ ਫਿਰ ਉਹ ਕਹਿੰਦਾ ਸਾਰਾ ਹੀ ਇਹ ਸ਼ਹੀਦੀ ਪੈਂਡਿਆਂ ਦੇ ਵਿੱਚ ਮੈਂ ਸਰਸਾ ਦੇ ਕੰਢੇ ਤੋਂ ਸ਼ੁਰੂ ਕਰਕੇ ਸਰਹੰਦ ਦੀਆਂ ਨੀਹਾਂ ਤੱਕ ਇਹਨਾਂ ਮਾਤਾ ਗੁਜਰੀ ਇਹ ਸਾਰੀ ਤੁਹਾਡੀ ਵਾਰਤਕ ਦੇ ਵਿੱਚ ਲਿਖੀ ਹੋਈ ਹੈ ਵੀ ਜੀ ਕਿੱਥੇ ਕਿੱਥੇ ਰੁਕੇ ਸੀ ਕਿਵੇਂ ਕੀ ਉਹ ਅਤੇ ਬਾਬਾ ਜੀ ਜਿਵੇਂ ਤੁਸੀਂ ਜਿਵੇਂ ਕਿਤਾਬਾਂ ਦੀ ਗੱਲ ਕਰੀਏ ਤਾਂ ਸਰਹੰਦ ਦੇ ਸ਼ਹਿਰ ਦੇ ਇਤਿਹਾਸ ਉੱਤੇ ਵੀ ਤੁਸੀਂ ਜ਼ਿਕਰ ਕੀਤਾ ਅਤੇ ਖਾਸ ਤੌਰ ਉੱਤੇ ਦੀਵਾਨ ਟੋਡਰਮੱਲ ਜਿਹਦਾ ਜ਼ਿਕਰ ਜਦੋਂ ਇਤਿਹਾਸ 'ਚ ਆਉਂਦਾ ਤਾਂ ਸਿੱਖਾਂ ਦੇ ਨਾਲ ਜਿਹੜੀ ਸਾਂਝ ਹੈ ਉਹ ਕਾਫ਼ੀ ਜ਼ਿਆਦਾ ਮਾਇਨੇ ਰੱਖਦੀ ਹੈ ਬਹੁਤ ਵੱਡੀ ਕੁਰਬਾਨੀ ਉਹਨਾਂ ਵੱਲੋਂ ਜਿਹੜੀ ਕੀਤੀ ਗਈ ਸੀ ਉਹਦੇ ਲਈ ਵੀ ਤੁਸੀਂ ਲਿਖਿਆ ਫਿਲਹਾਲ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਚਰਚਾ ਕਰਾਂਗੇ ਠੀਕ ਹੈ ਠੀਕ ਸੋ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ ਮਿਲਦੇ ਹਾਂ ਇੱਕ ਨਿੱਕੇ ਜਿਹੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁੜ ਤੋਂ ਸਵਾਗਤ ਹੈ ਗੱਲਬਾਤ ਕਰ ਰਹੇ ਸੀਗੇ ਬਾਬੂ ਸਿੰਘ ਚੌਹਾਨ ਜੀ ਉਹਨਾਂ ਨਾਲ ਉਹਨਾਂ ਦੀਆਂ ਲਿਖਤਾਂ ਦੇ ਬਾਰੇ ਬਾਬਾ ਜੀ ਸਵਾਗਤ ਕਰਦੇ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੋਂ ਜਿਵੇਂ ਪਹਿਲਾਂ ਆਪਾਂ ਗੱਲਬਾਤ ਕੀਤੀ ਤੁਹਾਡੇ ਲਿਖਤੀ ਰੁਝਾਨ ਦੀ ਖੋਜੀ ਬਿਰਤੀ ਦੀ ਅਤੇ ਕਿਤਾਬਾਂ ਦੇ ਸਫ਼ਰ ਦੀ ਤਾਂ ਪਹਿਲਾਂ ਸਾਨੂੰ ਦੱਸੋ ਵੀ ਜਿਹੜੀਆਂ ਤੁਸੀਂ 12 ਕਿਤਾਬਾਂ ਦੱਸੀਆਂ ਨੇ ਉਹਦੇ ਵਿੱਚੋਂ ਸਾਨੂੰ ਕਿਤਾਬਾਂ ਥੋੜ੍ਹੀਆਂ ਦੇ ਨਾਮ ਜ਼ਰੂਰ ਸਾਡੇ ਨਾਲ ਸਾਂਝ ਪਾਓ ਠੀਕ ਕਿਹੜੀਆਂ ਕਿਹੜੀਆਂ ਕਿਤਾਬਾਂ ਉਹਦੇ ਵਿੱਚੋਂ ਮੈਂ ਬੱਚਿਆਂ ਬਾਰੇ ਇੱਕ ਲਿਖੀ ਹੈ ਚਿੜੀਆਂ ਨੂੰ ਲਿਖਾਂ ਚਿੱਠੀਆਂ ਅੱਛਾ ਇਹ ਕਦ ਦੀ ਲਿਖੀ ਹੈ ਇਹ ਮੇਰੇ ਖਿਆਲ 12-13 'ਚ ਲਿਖੀ ਗਈ ਅੱਛਾ 12 ਠੀਕ ਹੈ ਉਹ ਖਾਸ ਕਿਤਾਬਾਂ ਜਿਨ੍ਹਾਂ 'ਤੇ ਬਹੁਤ ਜ਼ਿਆਦਾ ਚਰਚਾ ਹੋਈ ਜਿਵੇਂ ਤੁਸੀਂ ਜ਼ਿਕਰ ਕਰਦੇ ਪਿੰਡਾਂ ਵਿੱਚੋਂ ਪਿੰਡ ਰੰਗਲੇ ਪੰਜਾਬ ਖੋਜੀ ਬਿਰਤੀ ਵਾਲੀਆਂ ਕਿਤਾਬਾਂ ਇਹਦੇ ਵਿੱਚ ਕਿਉਂਕਿ ਮੇਰੀ ਦੋਸਤੀ ਦੇ ਦਾਇਰੇ ਜਿਹੜੇ ਹਨ ਕੁਛ ਉਹਨਾਂ ਨਾਲ ਮੇਰੀ ਸਾਂਝ ਹੈ ਜਿਹੜੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹਨ ਪਿੰਡਾਂ ਵਾਲੇ ਪਿੰਡ ਕਿਤਾਬ 'ਚ ਜਿਹੜਾ ਵੀ ਪਿੰਡ ਦੇ ਬਾਰੇ ਮੈਂ ਲਿਖਿਆ ਉਸ ਪਿੰਡ ਦੇ ਵਿੱਚ ਮੈਂ ਉਹਨਾਂ ਵਿਅਕਤੀਆਂ ਦੀ ਪਹਿਲਾਂ ਪਛਾਣ ਕੀਤੀ ਹੈ ਵੀ ਮੈਂ ਉਹਨਾਂ ਬਾਰੇ ਜ਼ਰੂਰ ਲਿਖਣਾ ਜਿਨ੍ਹਾਂ ਨੇ ਇਸ ਧਰਤੀ ਨੂੰ ਜਨਮ ਦਿੱਤਾ ਅਤੇ ਉਹਨਾਂ ਦੇ ਵਿੱਚ ਮੈਂ ਹਰੇਕ ਪਿੰਡ ਦਾ ਜ਼ਿਕਰ ਕਰਨ ਲੱਗਿਆਂ ਜਿਵੇਂ ਬਡਾਲੀ ਆਲਾ ਸਿੰਘ ਦਾ ਮੈਂ ਜ਼ਿਕਰ ਕੀਤਾ ਅਤੇ ਜਦੋਂ ਮੈਨੂੰ ਭੇਜਿਆ ਗਿਆ ਇੱਥੋਂ ਸਾਡੇ ਇੰਸਪੈਕਟਰ ਨੇ ਪੁਲਿਸ ਇੰਸਪੈਕਟਰ ਨੇ ਵੀ ਦੇਖ ਕੇ ਆਓ ਤੁਸੀਂ ਬਡਾਲੀ ਆਲਾ ਸਿੰਘ ਮੇਰਾ ਪਿੰਡ ਹੈ ਮੇਰੀ ਜਨਮ ਭੂਮੀ ਹੈ ਵੀ ਉਹਦੇ ਬਾਰੇ ਤੁਸੀਂ ਲਿਖਣਾ ਤਾਂ ਉਸ ਵੇਲੇ ਜਦੋਂ ਮੈਂ ਦੇਖਿਆ ਉਹ ਖੂਹ ਜਿੱਥੇ ਸਿੱਖਾਂ ਦੀ ਜੰਗ ਹੋਈ
वो धरती तो 12-13 फुट डूंगा थां सी जिथे उस वेले शहीदां दीआं लाशां उसे वेला ही पईआं सी लकड़ दे उत्ते। ये बाबा हरबंस सिंह दिल्ली वालिआं ने उहदी खोज कीती ते उन्होंने उत्थे गुरद्वारा बनाया। तो उस पिंड दे जिहड़े जिक्र जिन्हां दा मैं कीता उहदे विच मैं इंस्पैक्टर सुरिंदरजीत कौर दे बारे लिखिआ। वह बीबी 3 ईवेंट्स दी इंडिया भारत की नहीं सगों संसार जेतू है, हैमन थ्रो, शार्टपुट ते डिस्कस थ्रो। ते उहदे बारे मैं लिखिआ बई ये इन्नी शाहजोर बीबी है ते जिन्ना ये उहदे विच इहदा नां है खेडां दे मैदान च इंसाफ दी तकड़ी नूं वी इह उस तरह तोड़दी है। रिश्तियां नूं जोड़न लई इन्ना कम है कि मैं इहदी घालना अगे सिर चुकाउणा है। असी हजारां ही रिश्ते टुटदे रिश्तियां नूं जोड़िया इस करके इस किताब दे विच ओह। ते इक उहदा जिक्र है जिहड़ा दूसरे राष्ट्रपति दा बॉडीगार्ड रहा, ਉਹ ਇੱਥੇ ਦਾ ਕਰਨਲ ਸੀ ਇਸੇ ਪਿੰਡ ਦਾ। ਉਹ ਪਿੰਡ ਦੀ ਖਾਸ ਖਾਸ ਗੱਲਾਂ ਜਿਹੜੀਆਂ ਉੱਥੋਂ ਦੀ ਭਾਵੇਂ ਸ਼ਖਸੀਅਤਾਂ ਹੋਣ ਭਾਵੇਂ ਜੁੜੇ ਇਤਿਹਾਸਿਕ ਤੱਥ ਹੋਣ ਤੁਸੀਂ ਉਹ ਉਹਦਾ ਜ਼ਿਕਰ ਮੈਂ ਕਰਾਂਗਾ। ਬਡਾਲੀ ਦੇ ਨਾਲ ਜਿਹੜਾ ਪਿੰਡ ਸੀ ਨਾ ਇਹਦੇ ਨਾਲ ਉਹਦੇ ਗਵਾਂਢੀ ਪਿੰਡ ਦਾ ਨਾਂ ਜੁੜਿਆ ਹੋਇਆ ਸੀ ਅਤੇ ਉੱਥੇ ਦਾ ਜਿਹੜਾ ਬੰਦਾ ਸੀ ਉਹਦਾ ਨਾਂ ਸੀ ਆਲਾ ਸਿੰਘ। ਉਹਨੇ ਆਪਣੇ ਸਾਥੀ ਸਿੱਖਾਂ ਨੂੰ ਇਕੱਠਿਆਂ ਕਰਕੇ ਉਹ ਲੈ ਗਿਆ ਬਾਬਾ ਬੰਦਾ ਬਹਾਦਰ ਦੇ ਕੋਲ ਅਤੇ ਉਹ ਕਹਿੰਦਾ ਵੀ ਅਸੀਂ ਵੀ ਇਸ ਬਲੀਦਾਨ ਦੀ ਅਹੁਤੀ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਹਾਂ ਵੀ ਸਾਨੂੰ ਸਮਾਂ ਦਿਓ। ਅਤੇ ਉਹਨੇ ਫਿਰ ਉਸ ਵੇਲੇ ਉਹ ਸ਼ਹੀਦੀ ਪਾ ਗਿਆ। ਉਹ ਸ਼ਹੀਦੀ ਉਹਦਾ ਜ਼ਿਕਰ ਹੈ ਵੀ ਜਦੋਂ ਗੋਲੇ ਚੱਲੇ ਮੂਹਰੇ ਕਿੱਕਰਾਂ ਦਾ ਜੰਗਲ ਸੀ ਉੱਚੇ ਗੋਲੇ ਚੱਲੇ ਤਾਂ ਜਦੋਂ ਸਿੱਖਾਂ ਉੱਤੇ ਗੋਲੇ ਵਰਸੇ ਤਾਂ ਉਹ ਪਿੱਛੇ ਹਟ ਗਏ ਅਤੇ ਫਿਰ ਜਦ ਗੋਲੇ ਬੰਦ ਹੋਏ ਅਤੇ ਫਿਰ ਉਹ ਅੱਗੇ ਵਧੇ ਸਰਹੰਦ ਨੂੰ ਫਤਿਹ ਕੀਤਾ। ਇਹ ਇੱਕ ਪਹਿਰ ਦੀ ਲੜਾਈ ਸੀ ਸਿਰਫ, ਬਹੁਤਾ ਸਮਾਂ ਨਾ ਸੀ। 2.5 ਫੁੱਟ ਤਲਵਾਰ ਹੁੰਦੀ ਹੈ ਅਤੇ ਇਹੀ ਗੱਲ ਹੈ ਵੀ 2.5 ਹਰਫੀ ਜੰਗ ਸੀ ਜਿਹਨੂੰ ਸਿੱਖਾਂ ਨੇ ਫਤਿਹ ਕੀਤਾ। ਅਤੇ ਉਹ ਜਿਹੜੀ ਉਸ ਬੰਦੇ ਦਾ ਨਾਂ ਬਡਾਲੀ ਆਲਾ ਸਿੰਘ ਪੈ ਗਿਆ। ਪਹਿਲਾਂ ਉਹ ਇਕੱਲੀ ਬਡਾਲੀ ਸੀ, ਇਕੱਲੀ ਬਡਾਲੀ ਸੀ ਅਤੇ ਇਸ ਕਰਕੇ ਉਸ ਪਿੰਡ ਦਾ ਨਾਂ ਉਹ ਸ਼ਹੀਦ ਦੇ ਨਾਂ ਦੇ ਉੱਤੇ ਪਿਆ, ਬਡਾਲੀ ਆਲਾ ਸਿੰਘ। ਅਤੇ ਹੋਰ ਖਾਸ ਪਿੰਡ ਕਿੰਨੇ ਪਿੰਡਾਂ ਦਾ ਤੁਸੀਂ ਇਹਦੇ ਵਿੱਚ ਜ਼ਿਕਰ ਕੀਤਾ ਆਪਣੀ ਕਿਤਾਬ? ਇਹਦੇ ਪਿੰਡ ਦੇ ਵਿੱਚ ਮੇਰਾ ਖਿਆਲ ਹੈ ਵੀ 10-12 ਪਿੰਡ ਹਨ ਅਤੇ ਉਹ ਪਿੰਡ ਜਿਹੜੇ ਆਲੀ ਸਿੰਘ ਮਾਲੀ ਸਿੰਘ ਦੀ ਹੈਗੀ ਹੈ ਸੇ ਸਰੋਦੀ ਉਹਦਾ ਵੀ ਜ਼ਿਕਰ ਹੈ ਕਿਵੇਂ ਉਹ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਵੀ ਹੋਏ। ਵੀ ਜਾਣੀ ਜਿਹਨੇ ਜਾਣਨਾ ਉਹ ਕਿਤਾਬ ਜ਼ਰੂਰ ਪੜ੍ਹਨਾ ਹੈ, ਕਿਤਾਬ ਪੜ੍ਹਨਾ ਉਹ ਜ਼ਰੂਰ। ਹਾਂਜੀ ਹਾਂਜੀ। ਅਤੇ ਉਸ ਤੋਂ ਬਿਨਾਂ ਹੋਰ ਵੀ ਜਿੰਨਾ ਕੁਛ ਮੈਂ ਲਿਖਿਆ ਉਹਦੇ ਵਿੱਚ ਜਿਵੇਂ ਇੱਕ ਹੈ ਪਿੰਡ ਜਿਹੜਾ ਇਹਦੇ ਵਿੱਚ ਹੈ ਅਤੇ ਉਹ ਰਾਜਪੂਤ ਤੋਂ ਇੱਕ ਬੰਦਾ ਆਇਆ, ਉਹ ਚੌਹਾਨ ਗੋਤ ਦਾ ਸੀ ਜੀ। ਉਹਨੇ ਆਪਣੇ ਵਾਸਤੇ ਧਰਤੀ ਚੁਣੀ ਬਿਲਕੁਲ ਆ ਜਿਹਨੂੰ ਮੋਰਨੀ ਹਿਲਸ ਕਹਿੰਦੇ ਆ ਉਸ ਇਲਾਕੇ ਦੇ ਵਿੱਚ ਅਤੇ ਉੱਥੇ ਆਪਣੇ ਉਹਨੇ ਪਿੰਡ ਬੰਨਿਆ ਉਹਦਾ ਪਿੰਡ ਦਾ ਨਾਂ। ਅਤੇ ਉਹ ਬੰਦੇ ਦਾ ਕਿਵੇਂ ਉਹ ਉੱਥੇ ਸੋਹਣਾ ਮੋਹਣਾ ਆਏ ਸਿੱਖ ਇਤਿਹਾਸ ਦੇ ਜਿਹੜੇ ਅਸੀਂ ਕਹਿ ਦਈਏ ਵੀ ਉਹ ਕਰਨਾਮਈ ਇਤਿਹਾਸ ਹੈ। ਜਦੋਂ ਉਹਨਾਂ ਨੇ ਇੱਕ ਵਾਰ ਇਹਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਨਹੀਂ ਸੀ ਮੰਨਿਆ, ਉਹਦੇ ਸਿੱਖ ਦਾ ਹੁਕਮ ਨਹੀਂ ਸੀ ਮੰਨਿਆ, ਪਾਣੀ ਨਾਲ ਸੀ ਪਿਲਾਇਆ ਸੀ, ਜ਼ਖਮੀ ਸਿੱਖ ਸੀ, ਉਹ ਮਰ ਗਿਆ, ਸ਼ਹੀਦ ਹੋ ਗਿਆ। ਤਾਂ ਉਹ ਕਹਿੰਦੇ ਸੀ ਵੀ ਫਿਰ ਸੋਹਣਾ ਮੋਹਣਾ ਕਹਿੰਦੇ ਵੀ ਫਿਰ ਉਹਨਾਂ ਸਰਾਪ ਦੇ ਦਿੱਤਾ ਵੀ ਤੁਸੀਂ ਕਹਿੰਦਾ ਦਰਸ਼ਨ ਨਹੀਂ ਦੇਣ ਲੱਗੇ ਜਿਹੜੇ ਤੁਸੀਂ ਮੰਦਰਾਂ ਦੀ ਪੂਜਾ ਕਰਦੇ ਹੋ ਨਾ ਮੂਰਤੀਆਂ ਨੂੰ, ਇਹਦੇ ਨਾਲੋਂ ਬੰਦੇ ਨੂੰ ਪਿਆਸੇ ਨੂੰ ਪਾਣੀ ਪਿਲਾ ਦਿਆ ਕਰੋ। ਅਤੇ ਉਹੋ ਜਿਹਾ ਇਤਿਹਾਸ ਹੈ ਜਿਹੜਾ ਉਹ ਵੀ ਜਿਹੜਾ ਸਿੱਖ ਧਰਮ ਦੇ ਨਾਲ ਹੀ ਜੁੜੀ ਹੋਈ ਉਹ ਵਾਰਤਾ ਹੈਗੀ ਆ। ਅਤੇ ਇਸੇ ਤਰ੍ਹਾਂ ਸਾਰੇ ਪਿੰਡ ਜਿਹੜੇ ਹਨ, ਇਸੇ ਤਰ੍ਹਾਂ ਸਾਹਿਤਕਾਰਾਂ ਦਾ ਪਿੰਡ ਹੈ ਰਾਮਪੁਰ, ਉਹਦੇ ਵੀ ਚੁਣਵੇਂ ਸ਼ਹਿਰਾਂ ਦਾ ਚੁਣਵੇਂ ਲੇਖਕਾਂ ਦਾ ਮੈਂ ਜ਼ਿਕਰ ਕੀਤਾ। ਅਤੇ ਉੱਥੇ ਦਾ ਇਹੀ ਹੈਗਾ ਜਿਹੜਾ ਹੁਣ ਪਾਰਲੀਮੈਂਟ ਦਾ ਮੈਂਬਰ ਹੈ ਸਦੀਕ, ਮੁਹੰਮਦ ਸਦੀਕ, ਜਦੋਂ ਉੱਥੇ ਦਾ ਕਹਿੰਦਾ ਹੱਲੇ ਹੋਏ ਤਾਂ ਉਸ ਵੇਲੇ ਉਹਦੀ ਮਾਂ ਹੈ ਉਹਨੂੰ ਕਹਿੰਦਾ ਚੱਕਿਆ ਹੋਇਆ ਸੀ ਗੋਦੀ, ਤਾਂ ਉਸ ਵੇਲੇ ਉਸ ਜਿਹੜੇ ਉਸ ਵੇਲੇ ਲੋਕ ਜਿਹੜੇ ਜ਼ਾਲਮ ਸੀ
उन्होंने कहना नहर के पुल के नाल उन्हें पटका के मारिया वो एक होर बच्चे पर यह जो सदीक से बज गया था तो यह उत्थे चला गया। जदों उत्थे मेलकोट गए तो गड्डी लंघ चुकी सी, यह पाकिस्तान नहीं जा सकिया, यह हिंदुस्तान च रह गया जिहड़ा एक साडा लोक गायक है तो हुण पार्लीमेंट का मैंबर है। सो इहो जिहे पिंडां वाले जिहड़े लोकां दे हरमन प्यारे नायक ने, मैं उहनां दे पिंडां बारे लिखिया ते उहनां लोकां बारे लिखिया। 124 ਸਫ਼ਿਆਂ ਦੀ ਕਿਤਾਬ ਆ ਤਕਰੀਬਨ, ਕਾਫ਼ੀ ਜ਼ਿਆਦਾ ਜ਼ਿਕਰ ਸਲਾਹਉਦੀ ਸਿੰਘਾਂ ਦੀ, ਪੋਲੋ ਮਾਜਰਾ, ਸਰਹੰਦ ਅਤੇ ਤਾਰੀਖ ਦੇ ਸੂਦਾਂ, ਇਹਦਾ ਜ਼ਿਕਰ ਹੋ ਗਿਆ। ਜੰਗੀ ਸ਼ਹੀਦ ਜੰਗ ਸਿੰਘ ਚੰਦੜ, ਹਾਂਜੀ, ਸਾਰਿਆਂ ਵੱਲ ਤੁਸੀਂ ਲਿਖਿਆ ਇਹਦੇ ਵਿੱਚ। ਜੀ ਜੀ ਜੀ, ਚਲੋ ਚੱਪੜ ਚਿੜੀ ਦਾ ਮੈਦਾਨ ਅਤੇ ਬਡਾਲੀ ਵਾਲਾ ਸਿੰਘ, ਜਿਹਦਾ ਆਪਾਂ ਨੇ ਹੁਣ ਜ਼ਿਕਰ ਕੀਤਾ, ਵੀ ਜੰਗ ਨਾਲ ਜਿਹੜਾ ਜੁੜਿਆ ਹੋਇਆ ਕਿੱਸਾ ਆ, ਅਤੇ ਉਹ ਤੋਂ ਬਾਅਦ ਜੇ ਆਪਾਂ ਇਹਦੀ ਗੱਲ ਕਰ ਲਈਏ, ਸਰਹੰਦ ਅਤੇ ਤਾਰੀਖ ਏ ਸੂਦਾਂ, ਇਹਦੇ ਵਿੱਚ ਕੀ ਜ਼ਿਕਰ ਹੈ? ਉਹਦੇ ਵਿੱਚ ਹੈ ਵੀ ਪਹਿਲਾਂ ਇੱਥੇ ਸੂਦਾਂ ਦਾ ਰਾਜ ਸੀ ਅਤੇ ਉਹ ਅਮੀਰ ਸਨ ਉਹ ਲੋਕਾਂ ਨੂੰ ਕਹਿੰਦਾ ਵਿਆਜ 'ਤੇ ਪੈਸੇ ਦਿੰਦੇ ਸੀ, ਸਰਹੰਦ ਸ਼ਹਿਰ ਦੀ, ਸਰਹੰਦ ਸ਼ਹਿਰ ਦੇ ਵਿੱਚੋਂ ਰਹਿੰਦੇ ਸੀ। ਅਤੇ ਫਿਰ ਉਹਨਾਂ ਦੀਆਂ ਰੀਤ ਰਸਮਾਂ ਵੀ ਇਹੋ ਜਿਹੀਆਂ ਸੀ, ਉਹ ਆਪਣੇ ਮੁੰਡੇ ਨੂੰ ਵਿਆਹੁਣ ਵੇਲੇ ਕੋਈ ਐਡੀ ਵੱਡੀ ਰਸਮ ਨਾ ਸੀ ਕਰਦੇ, ਸਿਰਫ ਗੁਆਂਢੀ ਨੂੰ ਨਾ ਸੀ ਪਤਾ ਹੁੰਦਾ। ਜਦ ਉਹਨੂੰ ਕਹਿੰਦਾ ਜੁਦਾ ਕਰਦੇ ਸੀ ਤਾਂ ਉਹਨੂੰ ਕੋਈ ਪੈਸਾ ਨਹੀਂ ਸੀ ਦਿੰਦੇ, ਜਿਹੜੇ ਉਹ ਸ਼ਰੀਕੇ ਦੇ ਲੋਕ ਸੀ ਉਹ ਸਾਰੇ 10-10 ਇੱਟਾਂ ਉਹਨੂੰ ਦਿਆ ਕਰਦੇ ਸੀ ਅਤੇ ਉਹ ਫਿਰ ਆਪਣਾ ਮਕਾਨ ਬਣਾ ਲੈਂਦਾ ਸੀ ਅਤੇ ਫਿਰ ਉਹਦੇ ਨਾਲ ਹੀ ਦੁਕਾਨ ਸੱਜ ਜਾਂਦੀ ਸੀ। ਤਾਂ ਇਸ ਕਰਕੇ ਉਹਨਾਂ ਬਾਰੇ ਪੜ੍ਹਨਾ ਇੱਕ ਬਹੁਤ ਵੱਡੀ ਹੈ, ਕਿਉਂਕਿ ਪਹਿਲਾ ਰਾਜ ਹੀ ਉਹਨਾਂ ਸੀ ਔਰ ਉਹ ਜਿਹੇ ਜਿਹੇ ਪ੍ਰਸ਼ਾਸਕ ਸੀ, ਉਹੋ ਜਿਹੋ ਯੋਧੇ ਵੀ ਸੀ, ਉਹ ਜੰਗ ਦੇ ਮੈਦਾਨ ਦੇ ਵਿੱਚ ਜਰਨੈਲਾਂ ਵਾਂਗੂ ਲੜਦੇ ਸੀ। ਤਾਂ ਇਸ ਕਰਕੇ ਮੁਗਲ ਫੌਜ ਦੇ ਵਿੱਚ ਵੀ ਉਹ ਜਰਨੈਲਾਂ ਦੇ ਬਰਾਬਰ ਉਹਦੇ ਰੁਤਬੇ ਸਨ ਜੀ। ਇਸ ਕਰਕੇ ਇਹ ਹੈ ਸਰਹੰਦ ਦੇ ਸੂਦਾਂ ਦਾ ਜ਼ਿਕਰ। ਅਤੇ ਇਹਦੇ ਬਾਰੇ ਬਹੁਤ ਹੀ ਵਿਸਥਾਰ ਦੇ ਨਾਲ ਇੱਕ ਉਹ ਬੰਦਾ ਹੈ ਪ੍ਰੋਫੈਸਰ ਮਲੇਰਕੋਟਲੇ ਦਾ, ਉਹਨੇ ਇਹਨਾਂ ਦਾ ਜਿਹੜਾ ਹੈ ਇਤਿਹਾਸ ਬਹੁਤ ਹੀ ਢੰਗ ਨਾਲ ਲਿਖਿਆ, ਉਹਦੇ ਬਾਰੇ ਸਪੈਸ਼ਲੀ ਇੱਕ ਉਹਦਾ ਕਾਂਡ ਹੈ ਵੀ ਉਹ ਲਿਖਦਾ ਵੀ ਸੂਦ ਕਿਹੋ ਜਿਹੇ ਸਨ। ਠੀਕ ਹੈ, ਹਾਂ। ਅਤੇ ਇਹ ਰਹੀ ਪੰਜਾਬ ਦੀ ਉਹਦੀ ਗੱਲ ਨਹੀਂ, ਹਰੇਕ ਚੀਜ਼ ਨੂੰ ਦੇਖੋ ਖੋਜ ਕਰਨੀ ਬਹੁਤ ਔਖਾ ਵਿਸ਼ਾ। ਜੀ ਹਾਂ ਹਾਂ, ਸੁਣੀਆਂ ਸੁਣੀਆਂ ਗੱਲਾਂ ਤਾਂ ਵੱਖਰੀਆਂ ਹੁੰਦੀਆਂ, ਪਰ ਕਹਿ ਦਈਏ ਜਦੋਂ ਗੱਲ ਆ ਜਿਹੜੀ, ਚਾਹੇ ਉਹ ਇਤਿਹਾਸ ਖਬਰ ਹੈ, ਉਹ ਟਰੈਵਲ ਕਰਦੀ ਹੈ ਜਦੋਂ, ਬਿਲਕੁਲ, ਜਾਂ ਸਫ਼ਰ ਤੈਅ ਕਰਦੀ ਹੈ, ਤਾਂ ਉਹਦੇ ਵਿੱਚ ਬਦਲਾਅ ਆਉਂਦੇ ਰਹਿੰਦੇ ਨੇ। ਬਿਲਕੁਲ ਬਿਲਕੁਲ, ਕਈ ਵਾਰ ਤੁਹਾਡੇ ਤੱਕ ਪਹੁੰਚਦੇ ਸਦੀਆਂ ਦਾ ਸਫ਼ਰ ਕਰਦੇ ਉਹਦੇ ਵਿੱਚ ਕਲਪਨਾ ਦੀ ਜਿਹੜੀਆਂ ਚੀਜ਼ਾਂ ਨੇ ਜਾਂ ਮਿਥਿਹਾਸ ਹੈ, ਮਿਥਿਹਾਸਿਕ ਗੱਲਾਂ ਨੇ ਜਾਂ ਹੋਰ ਲੋਕ ਧਾਰਾਵਾਂ ਨੇ ਉਹ ਜੁੜ ਜਾਂਦੀਆਂ ਨੇ ਅਤੇ ਉਹ ਅਸਲੀਅਤ ਤੋਂ ਕੋਹਾਂ ਦੂਰ ਚਲੇ ਜਾਂਦੀ ਹੈ। ਬਿਲਕੁਲ, ਤਾਂ ਉਹਦੇ ਵਿੱਚੋਂ ਅਸਲੀ ਚੀਜ਼ ਨੂੰ ਕੱਢਣਾ, ਮੈਂ ਕਹਿੰਦੀ ਸੋਨੇ 'ਚ ਤਾਂ ਮਿਲਾਵਟ ਬਹੁਤ ਹੁੰਦੀ ਆ, ਅਤੇ ਜਦ ਤੱਕ ਉਹਨੂੰ ਆਪਾਂ ਜਾਲਦੇ ਹਾਂ ਉਹ ਪਠਾਰੀ 'ਚ ਉਹ ਹੁੰਦਾ ਟਰਫ ਦਾ ਟੱਪਦਾ, ਅਤੇ ਜਦੋਂ ਫਿਰ ਸ਼ੁੱਧ ਹੋ ਜਾਂਦਾ ਉਹ ਥੋੜ੍ਹਾ ਜਿਹਾ ਰਹਿ ਜਾਂਦਾ ਅਤੇ ਟਿੱਕ ਵੀ ਜਾਂਦਾ। ਤਾਂ ਇੱਦਾਂ ਕਰਕੇ ਖੋਜੀ ਵਿਅਕਤੀ ਦਾ ਕੰਮ ਵੀ ਇਹੋ ਜਿਹਾ ਹੀ ਹੁੰਦਾ ਵੀ ਸੋਨਾ ਕਿਵੇਂ ਕੱਢ ਕੇ ਲੈ ਕੇ ਆਉਣਾ, ਧਾਤ ਨੂੰ ਸ਼ੁੱਧ ਕਿੱਦਾਂ ਕਰਨਾ, ਇਤਿਹਾਸ ਨੂੰ ਸ਼ੁੱਧ ਕਿੱਦਾਂ ਕਰਨਾ। ਠੀਕ ਹੈ, ਮਿਲਾਵਟੀ ਤਾਂ ਆਪਾਂ ਦੇਣ ਰਹੇ, ਉਹ ਫਿਰ ਜੇ ਮਿਲਾਵਟੀ ਦੇਤਾ ਫਿਰ ਅੱਗੇ ਜਾ ਕੇ ਕਹਿ ਦਈਏ ਉਹਦਾ ਮੁੱਲ ਨਹੀਂ ਪੈਣਾ। ਇਹ ਸਨ ਸਾਡੇ ਨਾਲ ਬਾਬੂ ਸਿੰਘ ਚੌਹਾਨ ਜੀ, ਜਿਨ੍ਹਾਂ ਨੇ ਕਾਫੀ ਜਾਣਕਾਰੀ ਜਿਹੜੀ ਇਤਿਹਾਸਿਕ ਪੱਖ ਤੋਂ ਸਾਡੇ ਨਾਲ ਸਾਂਝੀ ਕੀਤੀ ਹੈ। ਕਾਫੀ ਖੋਜੀ ਵਿਰਤੀ ਦੇ ਇਨਸਾਨ ਨੇ ਅਤੇ ਜੋ ਕਿਤਾਬਾਂ ਭਾਵੇਂ ਸਿੱਖ ਇਤਿਹਾਸ ਨਾਲ ਜੁੜੀ ਗੱਲ ਦੀ ਗੱਲ ਹੋਵੇ, ਸ਼ਹੀਦੀ ਪੈਂਡੇ ਹੋਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਜੁੜੀਆਂ ਇਤਿਹਾਸਿਕ ਘਟਨਾਵਾਂ ਹੋਣ ਅਤੇ ਨਾਲ ਦੀ ਨਾਲ ਦੀਵਾਨ ਟੋਡਰ ਮੱਲ, ਸੋ ਕਾਫੀ ਜਾਣਕਾਰੀ ਸਾਡੇ ਨਾਲ, ਅਹਿਮ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ, ਉਮੀਦ ਕਰ ਤੁਹਾਡੇ ਲਈ ਲਾਹੇਵੰਦ ਹੋਵੇਗੀ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਸਾਹਿਤ ਦੇ ਸੰਗ ਦੌਰਾਨ ਇੱਕ ਹੋਰ ਸਾਹਿਤਕਾਰਾਂ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਦੀ ਇਜਾਜ਼ਤ, ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।